ਅਸੀਂ ਆਏ ਹਾਂ ਸ੍ਰੀ ਦਰਬਾਰ ਸਾਹਿਬ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਭੇਟ ਕਰਨ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਭਰਾਵਾਂ ਨੂੰ, ਕੱਲ੍ਹ ਨੂੰ 30 ਤਰੀਕ ਹੀ ਅਸੀਂ ਅੱਜ ਆ ਗਏ ਹਾਂ, ਕੱਲ੍ਹ ਨੂੰ 30 ਤਰੀਕ ਹੈ, ਸਾਰੇ ਆ ਜਾਓ ਕੱਲ੍ਹ ਨੂੰ ਤੜਕੇ ਤੜਕੇ ਆਪਦੇ ਘਰਾਂ 'ਚੋਂ ਤੁਰ ਪਓ ਕਿ ਇੱਥੇ ਗੁਰੂ ਮਹਾਰਾਜ ਦੇ ਆਪਾਂ ਚਰਨਾਂ 'ਚ ਸੀਸ ਭੇਟ ਕਰਨਾ ਹੈ। ਅੰਮ੍ਰਿਤਪਾਲ ਨੇ ਵੀ, ਜਥੇਦਾਰ ਨੇ ਆਉਣਾ ਹੈ ਅੱਜ, ਅਤੇ ਇਹ ਬੱਚਾ ਮੇਰਾ ਵੀ ਨਾਲ ਹੈ, ਭਾਊ ਹੈ, ਅਸੀਂ ਸਾਰੇ ਗੁਰੂ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ। ਜਿੰਨੇ ਕਹਿੰਦਾ ਹੈ ਅੰਮ੍ਰਿਤਪਾਲਾਂ ਦਾ ਇਹ ਸੀਸ ਮੰਗਦਾ, ਅਸੀਂ ਸੀਸ ਦੇਣੇ ਨੇ ਗੁਰੂ ਨੂੰ, ਜੋ ਕਰਨਾ ਸਾਡਾ ਕਰ ਲੈਣ, ਅਸੀਂ ਗੁਰੂ ਦੇ ਚਰਨਾਂ 'ਚ ਆਪਦਾ ਸੀਸ ਭੇਟ ਕਰਨਾ। ਅਤੇ ਤੂੰ ਕੀ ਕਰਨਾ ਆ? ਮੈਂ ਵੀ ਅੰਮ੍ਰਿਤ ਛਕਣ ਆਇਆ ਗੁਰੂ ਦੇ ਚਰਨਾਂ 'ਚ ਸੀਸ ਭੇਟ ਕਰਨਾ ਆ। ਕੋਈ ਪਰਵਾਹ ਨਹੀਂ, ਕੋਈ ਪਰਵਾਹ। ਜਿਹੜੀਆਂ ਲੰਡੀਆਂ ਬੁੱਚੀਆਂ ਬੋਲਦੀਆਂ ਬਾਈ, ਮੰਨ ਲਓ ਆਪਣੇ ਅੰਮ੍ਰਿਤਪਾਲ ਨੂੰ, ਆਪਾਂ ਨੂੰ ਕੋਈ, ਆਪਾਂ ਸਾਰਿਆਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ, ਸਾਰਿਆਂ ਨੂੰ ਲੱਗਣਾ ਚਾਹੀਦਾ, ਸਾਰੇ 30 ਤਰੀਕ ਨੂੰ ਆ ਜਾਣ, ਆਪਾਂ ਸੀਸ ਭੇਟ ਕਰਨਾ ਹੈ। ਤੂੰ ਕੱਲ ਨੂੰ ਵੀ ਗੁਰੂ ਦੇ ਲੜ ਲੱਗ ਜਾਣਾ। ਬਾਈ ਜੀ, ਗੁਰੂ ਦੀ ਫੌਜ ਦੇ ਵਿੱਚ ਅਸੀਂ ਭਰਤੀ ਹੋਣਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੇ ਪੰਥ ਸਾਜਿਆ ਹੈ, ਅਤੇ ਸਾਰਿਆਂ ਨੂੰ ਬੇਨਤੀ ਜੀ, ਜਿਹੜੀ ਲੰਡੀ ਉੱਠ ਕੇ ਆਪਣੇ ਸਿੱਖ ਪੰਥ 'ਤੇ ਉਂਗਲਾਂ ਚੁੱਕਦੀ ਹੈ, ਆਹ ਜਿਹੜੇ ਵਿੱਚ ਦੁਬਲੀਗੜ ਲੱਗੇ ਫਿਰਦੇ ਨੇ, ਹੋਰ ਦੁੱਕੀ ਤਿੱਕੀ ਉੱਠ ਕੇ ਜਿਹੜੇ ਸਾਡੇ ਗੁਰੂਆਂ ਦੇ ਉਂਗਲਾਂ ਚੁੱਕਦੇ ਨੇ, ਅਸੀਂ ਬੇਨਤੀ ਕਰਨੇ ਕਿ ਸਾਰਿਆਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਆਪਾਂ ਨੂੰ ਬਾਈ ਜੀ ਆ ਜਾਓ ਬਾਈ ਵਿੱਚ, ਸਾਰਿਆਂ ਨੂੰ ਬਾਈ ਜੀ ਗੁਰੂ ਦੇ ਲੜ ਲੱਗਣਾ ਪੈਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਤਾਂ ਆਪਣਾ ਨੁਕਸਾਨ ਹੋਵੇਗਾ। ਆਪਾਂ ਨੂੰ ਗੁਰੂ ਦੇ ਚਰਨਾਂ ਸੀਸ ਭੇਟ ਵੀ ਇਹੀ ਕਰਨਾ ਹੈ। ਜਿਹੜੇ ਆ ਰੌਲਾ ਪਾਉਂਦੇ ਆ ਅੰਮ੍ਰਿਤਪਾਲ ਲੋਕਾਂ ਨੂੰ ਭੜਕਾਉਂਦਾ ਹੈ, ਅਸੀਂ ਸਾਰਾ ਕੁਛ ਕਰਾਂਗੇ, ਅਸੀਂ ਸੀਸ ਵੀ ਭੇਟ ਕਰਾਂਗੇ। ਜੇ ਸਾਡੇ ਨਾਲ ਕੋਈ ਪੰਗਾ ਲਵੇਗਾ, ਅਸੀਂ ਉਹਦਾ ਕਹਾਂਗੇ ਵੀ ਉਹਨੂੰ ਸਾਰਾ ਕੁਛ ਕਰਾਂਗੇ। ਸਾਡੇ ਗੁਰੂਆਂ ਨੇ ਆਪਦੇ ਪਿੰਡੇ 'ਤੇ ਰੰਬੀਆਂ ਫਰਾਈਆਂ ਹੈ, ਸਾਡੇ ਗੁਰੂਆਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਹੈ। ਨਿੱਕੇ ਨਿੱਕੇ ਬੱਚਿਆਂ ਵੇਖੋ, ਇਹ ਮੇਰਾ ਮੁੰਡਾ ਹੈ, ਇਹੋ ਜਿਹੇ ਬੱਚਿਆਂ ਨੂੰ ਬੇਨਤੀ ਕਰਨੇ, ਸਾਰੇ ਆਓ, ਬਾਈ ਨੂੰ ਕਹਿਣਾ ਕੈਮਰਾ ਘੁਮਾ ਕੇ ਵਿਖਾ ਦੇ। ਇਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਦੇ ਨਾਲ, ਸਾਰਿਆਂ ਨੇ ਜਦੋਂ ਜਦੋਂ ਗੁਰੂ ਨੇ ਕਿਰਪਾ ਕੀਤੀ, ਸਾਰਿਆਂ ਨੇ ਆਪਦਾ ਸੀਸ ਭੇਟ ਕਰਨਾ ਹੈ। ਆਹ ਵੇਖੋ ਕਿੰਨੀ ਸੰਗਤ ਬੈਠੀ, ਅਸੀਂ ਆ ਗਏ ਇੱਥੇ। ਹੁਣ ਬਾਪੂ ਤੋਂ ਪੁੱਛਣੇ, ਬਾਪੂ ਤੂੰ ਵੀ ਗੁਰੂ ਦੇ ਲੜ ਲੱਗਣਾ ਆ? ਹਾਂਜੀ, ਗੁਰੂ ਦੇ ਲੜ ਲੱਗਣਾ ਆ। ਜਿਹੜੇ ਮੰਨ ਲਓ ਕਿ ਪੁੱਠਾ ਬੋਲਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਉਹਨਾਂ ਦੇ ਮੂੰਹ ਬੰਦ ਕਰ ਦਿਆਂਗੇ, ਠੀਕ ਹੈ, ਵੈਰੀ ਨੂੰ ਝਟਕਾਵਾਂਗੇ, ਬਿਲਕੁਲ, ਗੁਰੂ ਦੇ ਸਾਹਮਣੇ ਸੀਸ ਆਪਦਾ ਭੇਟਾ ਕਰਾਂਗੇ। ਹਾਂ ਬਿਲਕੁਲ ਬਾਈ ਜੀ, ਇਹ ਕੋਈ ਗੱਲ ਨਹੀਂ, ਅਸੀਂ ਗੁਰੂ ਦੇ ਬੱਚੇ ਹੀ, ਸਿੱਖ ਕੌਮ ਦੇ, ਅਤੇ ਸਾਨੂੰ ਕੋਈ ਇਹਨਾਂ ਦੀ ਪਰਵਾਹ ਨਹੀਂ। ਅਸੀਂ ਤਾਂ ਬੇਨਤੀ ਕਰਨੇ, ਸਾਰੇ ਭਰਾਓ ਸਾਰੇ ਆਓ, ਆਪਾਂ ਨੂੰ ਆਉਣਾ ਪੈਣਾ ਹੈ। ਇਹ ਗੁਰੂ ਨੇ ਇੱਕ ਆਪਣੇ 'ਤੇ ਕਿਰਪਾ ਕੀਤੀ, ਜਦੋਂ 96 ਕਰੋੜੀ ਖਾਲਸਾ ਪੂਰਾ ਹੋ ਗਿਆ, ਹਜ਼ੂਰ ਸਾਹਿਬ ਜਾਓ ਜਿਹੜੇ ਨਹੀਂ ਕਦੀ ਗਏ, ਪਹਿਲਾਂ ਹੀ ਸਿੱਖ ਪੰਥ ਨੇ ਵੱਡੇ ਵੱਡੇ ਦੇਗਵਾਰ ਅਤੇ ਬੜਾ ਕੁਛ ਉੱਥੇ ਬਣਾ ਕੇ ਰੱਖਿਆ ਹੋਇਆ ਹੈ। ਅਤੇ ਸਾਰਿਆਂ ਨੂੰ ਬੇਨਤੀ ਹੈ, ਇਹ ਅਸੀਂ ਸਾਰੇ ਆਏ। ਕਿਵੇਂ ਵੀਰ ਜੀ, ਕਿਵੇਂ ਅੰਮ੍ਰਿਤਪਾਲ ਬਾਈ, ਕਿੱਡਾ ਕੁ ਵਧੀਆ ਕੰਮ ਕਰਦਾ ਪਿਆ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਤਾਂ ਮਾਝੇ ਦੇ ਲਾਤੇ ਜੀ? ਨਹੀਂ ਜੀ, ਅਸੀਂ ਅੰਮ੍ਰਿਤਸਰ ਦੇ ਆ ਜੀ, ਲੋਕਲ ਹੀ ਆ। ਉਹ ਹੀ ਮਾਝੇ ਦੇ। ਅਤੇ ਬਾਈ ਤੁਸੀਂ ਵੀ? ਅਸੀਂ ਮਾਝੇ ਦੇ ਬਾਈ ਜੀ। ਅੰਮ੍ਰਿਤਪਾਲ ਜਿਹੜਾ ਇੰਨੇ ਮੰਨ ਲਓ ਕਿ ਅੰਮ੍ਰਿਤ ਛਕਾਉਂਦਾ, ਕਿੱਡੀ ਕੁ ਖੁਸ਼ੀ ਵਾਲੀ ਗੱਲ? ਨਹੀਂ ਜੀ, ਉਹ ਤਾਂ ਬਹੁਤ ਵਧੀਆ ਕੰਮ ਜੀ, ਅੰਮ੍ਰਿਤ ਛਕਾਉਣਾ। ਅੰਮ੍ਰਿਤ ਛਕਾਉਣਾ ਸਿੰਘ, ਉਹ ਬਹੁਤ ਵਧੀਆ ਕੰਮ ਹੈ ਜੀ। ਬਹੁਤ ਵਧੀਆ ਹੈ ਨਾ, ਬੜੀ ਖੁਸ਼ੀ ਵਾਲੀ ਗੱਲ ਹੈ, ਅਤੇ ਸਾਰਿਆਂ ਨੂੰ ਹੈ ਨਾ ਛਕਣਾ ਵੀ ਚਾਹੀਦਾ। ਬਾਬਾ ਜੀ ਬਹੁਤ ਵਧੀਆ ਹੀ ਫੈਨ ਹੈ ਉਹਦੇ ਜੀ। ਬਿਲਕੁਲ ਬਿਲਕੁਲ, ਅਤੇ ਬਾਕੀ ਸਾਰਿਆਂ ਨੂੰ ਆਪਾਂ ਨੂੰ ਤਿਆਰ ਹੋਣਾ ਪੈਣਾ ਹੈ। ਤਿਆਰ ਬਾਈ ਤਿਆਰ ਆ। ਜਿਹੜੀ ਮੰਨ ਲਓ ਕਿ ਆਪਾਂ ਨੂੰ ਗੱਲਾਂ ਕਰਦੀ, ਸਿੱਖ ਕੌਮ ਨੂੰ ਟੀਚਰਾਂ ਕਰਦੀ ਹੈ, ਇਹ ਇੱਥੇ ਕੱਲ੍ਹ ਕਈ ਬਖਵਾਸ ਕਰਦੇ ਸੀ, ਇਹਦੇ ਮੁੱਠੀ ਭਰਨੇ, ਇਹ ਮੁੱਠੀ ਭਰਾਂ ਨੇ ਅਮਰੂਦਾਂ ਵਾਲੀ ਰੇਹੜੀ ਤਰ੍ਹਾਂ ਧੱਕ ਦੇਣਾ। ਇੱਥੇ ਸਿੰਘ ਗੁਰੂ ਨੇ 1.25 ਲੱਖ ਨਾਲ ਲੜਾਇਆ ਹੋਇਆ ਹੈ, ਅਤੇ ਸਾਰਿਆਂ ਨੂੰ ਬੇਨਤੀ, ਸਾਰੇ ਆਓ, ਇੰਨੀਆਂ ਕੁ ਬੇਨਤੀਆਂ ਹੈ। ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਕੱਲ੍ਹ ਨੂੰ 30 ਤਰੀਕ ਹੈ, ਅਤੇ ਦਰਬਾਰ ਸਾਹਿਬ ਆਓ, ਗੁਰੂ ਰਾਮਦਾਸ ਦੇ ਘਰੇ ਅੰਮ੍ਰਿਤ ਛਕੋ, ਗੁਰੂ ਦੇ ਲੜ ਲੱਗੋ, ਸਿੰਘ ਸਜੋ, ਅਤੇ ਮਾੜੇ ਕੰਮ ਛੱਡੋ। ਇੰਨੀਆਂ ਕੁ ਬੇਨਤੀਆਂ ਜੇ ਯਾਰ, ਅਸੀਂ ਐਡੇ ਵੱਡੇ ਪਾਪੀ ਬੰਦੇ, ਅੰਮ੍ਰਿਤ ਛਕ ਸਕਦੇ ਹਾਂ, ਗੁਰੂ ਦੇ ਲੜ ਸਕਦੇ ਹਾਂ, ਅਤੇ ਸਾਡੇ ਤਾਂ ਉੱਤੇ ਬੜੇ ਚੰਗੇ ਪਏ ਨੇ, ਵਧੀਆ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ, ਉਹ ਕਿਉਂ ਨਹੀਂ ਗੁਰੂ ਦੇ ਲੜ ਲੱਗ ਸਕਦੇ? ਆਓ ਸਾਰੇ ਲੱਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣਿਆ।